ਫੋਰਚੂਨਰ ਕਾਰ ਦੇ ਵਿੱਚ ਸਵਾਰ ਪੰਜ ਦੋਸਤਾਂ ਦਾ ਭਿਆਨਕ ਐਕਸੀਡੈਂਟ। ਤਿੰਨ ਦੋਸਤਾਂ ਦੀ ਮੌਕੇ ਤੇ ਨਿਕਲੀ ਜਾਨ, ਦੋ ਦੀ ਹਾਲਤ ਗੰਭੀਰ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਭਿਆਨਕ ਸੜਕੀ ਹਾਦਸਾ। ਦੱਸਦੇ ਕਿ ਕਾਰ ਦੇ ਵਿੱਚ ਪੰਜ ਦੋਸਤ ਸਵਾਰ ਸੀ ਔਰ ਬੇਕਾਬੂ ਹੋ ਕੇ ਕਾਰ ਦਰਖਤ ਨਾਲ ਜਾ ਟਕਰਾਈ, ਜਿਸ ਨਾਲ ਤਿੰਨ ਦੋਸਤਾਂ ਦੀ ਜਾਨ ਚਲੀ ਗਈ। ਇੱਕ ਨੌਜਵਾਨ ਜਿਸ ਦੀ ਇੱਕ ਦਿਨ ਪਹਿਲਾਂ ਹੀ ਹਾਲੇ ਮੰਗਣੀ ਹੋਈ ਸੀ, ਦੂਜੇ ਦਿਨ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਿਆ ਤਾਂ ਰਸਤੇ ਦੇ ਵਿੱਚ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਔਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਜਾਨ ਚਲੀ ਗਈ। ਯੂਪੀ ਦੇ ਫਤਿਹਪੁਰ ਜ਼ਿਲ੍ਹੇ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਮੰਗਣੀ ਤੋਂ ਬਾਅਦ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਫੋਰਚੂਨਰ ਕਾਰ ਦੇ ਵਿੱਚ ਘੁੰਮਣ ਜਾ ਰਿਹਾ ਸੀ। ਰਸਤੇ ਦੇ ਵਿੱਚ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਔਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋ ਨੂੰ ਇਲਾਜ ਦੇ ਲਈ ਟਰੋਮਾ ਸੈਂਟਰ ਦੇ ਵਿੱਚ ਭਰਤੀ ਕੀਤਾ ਗਿਆ। ਹਾਲੇ ਇੱਕ ਦਿਨ ਪਹਿਲਾਂ ਹੀ ਮ੍ਰਿਤਕ ਮਯੰਕ ਸਚਾਨ ਦੀ ਮੰਗਣੀ ਹੋਈ ਸੀ। ਪ੍ਰੋਗਰਾਮ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਿਆ। ਫੋਰਚੂਨਰ ਕਾਰ ਬੇਕਾਬੂ ਹੋ ਕੇ ਤੇਜ਼ ਰਫਤਾਰ ਹੋਣ ਕਰਕੇ ਦਰਖਤ ਨਾਲ ਜਾ ਟਕਰਾਈ ਔਰ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਔਰ ਬਾਕੀ ਦੇ ਦੋ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੱਲ੍ਹ ਰਾਤਰੀ 3:30 ਵਜੇ ਇੱਕ ਫੋਰਚੂਨਰ ਗਾੜੀ ਸੇ ਪਾਂਚ ਨਵਯੁਵਕ ਫਤਿਹਪੁਰ ਸੇ ਭਟੋਰਾ ਕੀ ਤਰਫ ਜਾ ਰਹੇ ਥੇ। ਇੱਕ ਇੰਗੇਜਮੈਂਟ ਕਾ ਪ੍ਰੋਗਰਾਮ ਸਮਾਪਤ ਕਰਨੇ ਕੇ ਬਾਅਦ ਉਹ ਜਬ ਜੈਸੀ ਰਾਸਤੇ ਮੇਂ ਜਾ ਰਹੇ ਥੇ, ਰਾਤਰੀ ਮੇਂ ਉਨਕੀ ਗਾੜੀ ਅਨਿਯੰਤ੍ਰਿਤ ਹੋ ਗਈ ਔਰ ਇੱਕ ਪੇੜ ਸੇ ਟਕਰਾ ਗਈ, ਜਿਸ ਸੇ ਪਾਂਚੋਂ ਨਵਯੁਵਕ ਜੋ ਥੇ ਉਸਮੇਂ ਘਾਇਲ ਹੋ ਗਏ ਔਰ ਘਾਇਲੋਂ ਕੋ ਜਨਤਾ ਕੀ ਮਦਦ ਸੇ ਹਸਪੀਟਲ ਪਹੁੰਚਾਇਆ ਗਿਆ, ਜਿਸਮੇਂ ਤੀਨ ਲੜਕੇ ਜੋ ਨਵਯੁਵਕ ਥੇ, ਜਿਸਮੇਂ ਗੌਰਾਂਗ ਸਚਾਨ, ਮਯੰਕ ਸਚਾਨ ਔਰ ਸ਼ਿਵਮ ਗੁਪਤਾ, ਇਨ ਤੀਨ ਲੜਕੋਂ ਕੀ ਦਰਦਨਾਕ ਇਲਾਜ ਕੇ ਦੌਰਾਨ ਮ੍ਰਿਤਯੂ ਹੋ ਗਈ। ਇਸਮੇਂ ਜੋ ਆਰ ਕੇ ਸ਼੍ਰੀਵਾਸਤਵ ਥੇ, ਉਨਕੋ ਮਾਮੂਲੀ ਚੋਟ ਆਈ, ਉਨਕੋ ਇਲਾਜ ਕੇ ਬਾਅਦ ਫ੍ਰੀ ਕਰ ਦਿਆ ਗਿਆ, ਡਿਸਚਾਰਜ ਕਰ ਦਿਆ ਗਿਆ ਔਰ ਇੱਕ ਵਿਅਕਤੀ ਇਸਮੇਂ ਦਿਵਿਆਂਸ਼ੂ ਥੇ, ਉਨਕੋ ਕਾਨਪੁਰ ਰੈਫਰ ਕਰ ਦਿਆ ਗਿਆ ਹੈ। ਘਟਨਾ ਕੀ ਗੰਭੀਰਤਾ ਸੇ ਜਾਂਚ ਕੀ ਜਾ ਰਹੀ ਹੈ ਔਰ ਜੋ ਵੀ ਇਸਮੇਂ ਨਿਕਲ ਕੇ ਆਏਗਾ ਉਸਕੇ ਅਨੁਸਾਰ ਕਾਰਵਾਈ ਕੀ ਜਾਏਗੀ।